ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਹੈ ਤੁਹਾਡਾ? ਵਾਹਿਗੁਰੂ ਦੀ ਕਿਰਪਾ ਨਾਲ ਮੈਂ ਠੀਕ ਹਾਂ, ਤੁਸੀਂ ਵੀ ਸਭ ਠੀਕ ਠਾਕ ਹੋ ਰਹੋ? ਐਂਡ ਠੰਡ ਬਹੁਤ ਆ ਘਰ ਦੇ ਅੰਦਰ ਰਹੋ। ਮੇਰਾ 6 ਮੰਥ ਤੋਂ ਵਰਕ ਫਰੋਮ ਹੋਮ ਸੀਗਾ, ਬਟ ਨਾਓ ਸਟਿਲ ਆਫਿਸ 'ਚ ਇੰਪੋਰਟੈਂਟ ਆ, ਅਤੇ ਮੈਨੂੰ ਡੇਲੀ ਆਫਿਸ ਜੁਆਇਨ ਕਰਨਾ ਪਊਗਾ, ਡੇਲੀ ਆਫਿਸ ਜਾਣਾ ਪਿਆ ਕਰੇਗਾ। ਮੈਂ ਬਹੁਤ ਜ਼ਿਆਦਾ ਟੈਨਸ਼ਨ 'ਚ ਵੀ ਹਾਂ, ਥੋੜ੍ਹੀ ਜਿਹੀ ਨਰਵਸ ਵੀ ਹਾਂ। ਮਤਲਬ ਟੈਨਸ਼ਨ 'ਚ ਇਸ ਲਈ ਨਹੀਂ ਕਿ ਵੀ ਆਫਿਸ ਜਾਣਾ ਪੈ ਰਿਹਾ, ਮਤਲਬ ਕਿ ਮੈਂ ਜਦ ਤੋਂ ਜੋਬ ਜੁਆਇਨ ਕੀਤੀ ਹੈ ਮੈਂ ਜਸਟ ਵਰਕ ਫਰੋਮ ਹੋਮ ਹੀ ਕਰ ਰਹੀ ਹਾਂ। ਆਈ ਡੋਂਟ ਨੋ ਅਬਾਊਟ ਦਾ ਆਫਿਸ, ਮੈਂ ਫਸਟ ਟਾਈਮ ਆਫਿਸ ਜਾਣਾ ਆ, ਅਤੇ ਮੇਰੀ ਜਰਨੀ ਵਧੀਆ ਰਹੂਗੀ ਅਤੇ ਦੇਖਦੇ ਹਾਂ। ਬਾਕੀ ਅੱਜ ਮੇਰਾ ਪਹਿਲਾ ਦਿਨ ਆਫਿਸ ਜਾਣ ਦਾ, ਕੀ ਬਣਦਾ ਜਾ ਕੇ। ਬਾਕੀ ਮੈਂ ਵੀ ਨਹੀਂ ਹੁਣ ਵਜੇ 8 ਅਤੇ ਮੇਰੀ ਹਜੇ ਜੋਬ 'ਚ ਟਾਈਮ ਪਿਆ ਹੈ, 9:30 ਸਟਾਰਟ ਹੋਊਗੀ ਵਰਕ ਫਰੋਮ ਹੋਮ। ਅੱਜ ਫਿਰ ਮੇਰਾ ਆਫਿਸ ਜਾਣਾ ਫਿਰ ਡਿਲੇ ਹੋ ਗਿਆ, ਕੱਲ੍ਹ ਜਾਵਾਂਗੀ, ਇਸ ਲਈ ਘੰਟਾ ਕੁ ਸੌਂ ਲਿਆ ਜਾਏ। ਚਲੋ ਘੰਟਾ ਮੈਂ ਸੌਂਦੀ ਹਾਂ, ਮਿਲਦੇ ਹਾਂ ਥੋੜ੍ਹੇ ਟਾਈਮ 'ਚ। ਫਾਈਨਲੀ ਮੈਂ ਦੁਬਾਰਾ ਉੱਠ ਗਈ ਹਾਂ, ਬਰੱਸ਼ ਕਰੀਏ, ਫਰੈਸ਼ ਹੋਈਏ ਅਤੇ ਚਾਹ ਪੀਏ। ਚਾਹ ਪੀਣਾ ਤਾਂ ਮੇਰੀ ਅੱਖ ਨਹੀਂ ਖੁੱਲ੍ਹਦੀ, ਮੇਰੀ ਵੀ ਨਹੀਂ ਖੁੱਲ੍ਹਦੀ, ਵੈਸੇ ਬਹੁਤ ਸਾਰੇ ਲੋਕਾਂ ਦੀ ਚਾਹ ਬਿਨਾਂ ਅੱਖ ਨਹੀਂ ਖੁੱਲ੍ਹਦੀ। ਦਿਨ ਹੀ ਸ਼ੁਰੂ ਹੁੰਦਾ ਚਾਹ ਬਿਨਾਂ, ਠੰਡ ਦੇ ਵਿੱਚ ਤਾਂ ਚਾਹ ਬਹੁਤ ਵਾਰ ਚਾਹੀਦੀ ਹੈ। ਚਾਹ ਆਲਰੇਡੀ ਉੱਠ ਗਈ ਹੈ, ਸਭ ਤੋਂ ਲੇਟ ਪਰਸਨ ਹੈ ਨਾ। ਇਹਦੇ ਬਰਥਡੇ ਦੀ ਡੈਕੋਰੇਸ਼ਨ ਜੋ ਕਿ ਤੁਸੀਂ ਪਹਿਲਾਂ ਵਾਲੇ ਬਲੌਗ 'ਚ ਦੇਖ ਸਕਦੇ ਹੋ, ਹੁਣ ਤਾਂ ਵਿਚਾਰੇ ਬਲੂਨ ਵੀ ਖਤਮ ਹੋ ਗਏ ਆ ਮੋਸਟਲੀ। ਇਹ ਵੀ ਆਇਆ? ਇਹ ਆਇਆ ਨਹੀਂ, ਇਹ ਲਿਆਂਦਾ ਹੈ, ਇਹ ਅਸੀਂ ਲਿਆਂਦਾ। ਤੇ ਬਹੁਤ ਵਧੀਆ ਹੋ ਜੇ ਤੂੰ ਚਾਹ ਪਿਆ ਦੇ, ਮੂੰਹ ਧੋ ਲਾ, ਚੱਲ ਮੂੰਹ ਧੋ ਕੇ ਚਾਹ ਦੱਸ ਤਾਂ ਜਾ। ਚਾਹ ਕੁੜੀ ਗਿਫਟ ਦਿਖਾ ਰਹੀ ਹੈ, ਇਹਨੂੰ ਝਾਂਜਰਾਂ ਗਿਫਟ ਆਈਆਂ, ਉਹ ਵੀਡੀਓ ਕਾਲ 'ਤੇ ਦਿਖਾ ਰਹੀ ਹੈ ਝਾਂਜਰਾਂ। ਵਿਖਾਤੀਆਂ ਉਹ ਇੱਕ ਹੋਰ ਆ ਗਈ ਆ। ਤੁਸੀਂ ਕਿੱਧਰੋਂ ਆਏ? ਅਸੀਂ ਬਸ ਨਹਾਉਣ ਦੀ ਤਿਆਰੀ ਹੈ। ਤਿਆਰੀ ਹੈ? ਅਜੇ ਇਹਨੂੰ ਸੱਚ ਗਿਫਟ ਹੋਰ ਵੀ ਆਇਆ, ਜੁੱਤੀ ਪਰਸ ਫੜਾਈ ਦਾ ਇੱਕ ਇਹਨੂੰ ਆ, ਪਰਸ ਗਿਫਟ ਆਇਆ, ਪਰਸ ਸੋਹਣਾ ਆ, ਆਈ ਲਾਈਕ ਇਟ, ਮੇਰਾ ਫੇਵਰੇਟ ਕਲਰ ਆ ਵਾਈਟ, ਮੈਨੂੰ ਵੀ ਸੋਹਣਾ ਲੱਗਿਆ। ਮਜ਼ਾਕ ਬਹੁਤ ਹੋ ਗਿਆ, ਹੁਣ ਚਾਹ ਬਣਾਈਏ, ਚਲੋ ਉੱਠਦੇ ਹਾਂ ਚਾਹ ਬਣਾਉਂਦੇ ਹਾਂ। ਚਾਹ ਪਾਈਏ ਕੱਪਾਂ 'ਚ, ਦੋ ਕੱਪਾਂ 'ਚ ਚਾਹ ਹੁਣ ਪੈ ਗਈ ਹੈ, ਇੱਕ ਕੱਪ ਮੇਰਾ, ਇੱਕ ਜਸ ਦਾ, ਜਸ ਮੇਰੀ ਔਰ ਜਸ ਦੀ ਚਾਹ ਤਿਆਰ। ਮੈਨੂੰ ਤਾਂ ਜਸ ਨੂੰ ਚਾਹ ਕਿੰਨੀ ਮਰਜ਼ੀ ਵਾਰ ਦੇ ਦਿਓ, ਰਾਈਟ ਜਸ ਚਾਹ, ਇਹਦੀ ਫੇਵਰੇਟ ਬੋਟਲਸ ਨਾਲ ਲੈ ਕੇ ਸੌਂਦੀ ਹੈ ਇਹ, ਇਹਨੂੰ ਆਲਵੇਸ ਇਹੀ ਪਸੰਦ ਨੇ, ਹੈ ਨਾ। ਫੜੋ ਚਾਹ
ਚਾਹ ਨੂੰ ਤਾਂ ਆਪਾਂ ਕਦੇ ਜਵਾਬ ਦੇ ਹੀ ਨਹੀਂ ਸਕਦੇ। ਥੈਂਕ ਯੂ, ਵੈਲਕਮ। ਹਾਂਜੀ, ਅੱਜ ਆਪਾਂ ਬਣਾਉਣ ਜਾ ਰਹੇ ਹਾਂ ਮਿਕਸ ਵੈਜ, ਜਿਹਦੇ 'ਚ ਮੈਂ ਲਿਆ, ਫਸਟਲੀ ਮੈਂ ਦੱਸਦਾ, ਮੈਂ ਆਇਲ ਗਰਮ ਕਰਨਾ ਰੱਖਿਆ ਐਂਡ ਇੱਧਰ ਪਾਣੀ ਗਰਮ ਹੋ ਰਿਹਾ ਕਿਉਂਕਿ ਮੈਂ ਗਾਜਰਾਂ ਅਤੇ ਬੀਨਸ ਨੂੰ ਬੋਇਲ ਕਰਾਂਗੀ ਐਂਡ ਬਾਕੀ ਚੀਜ਼ਾਂ ਮੈਂ ਫਰਾਈ ਕਰੂੰਗੀ। ਮੈਂ ਤੁਹਾਨੂੰ ਦੱਸ ਦਿੰਦੀ ਹਾਂ ਮੈਂ ਕੀ ਲਿਆ, ਮਸ਼ਰੂਮ, ਸ਼ਿਮਲਾ ਮਿਰਚ, ਗਾਜਰ, ਬੀਨਸ ਜਿਹਨੂੰ ਪੰਜਾਬੀ 'ਚ ਫਲੀਆਂ ਵੀ ਕਹਿ ਦਿੰਦੇ ਆ, ਗੋਭੀ, ਪਨੀਰ ਅਤੇ ਥੋੜ੍ਹਾ ਜਿਹਾ ਮੈਸ਼ ਕੀਤਾ ਹੋਇਆ ਓਨੀਅਨ, ਪਿਆਜ਼, ਠੀਕ ਹੈ, ਇਹ ਮਿਕਸ ਕੀਤਾ ਹੋਇਆ, ਥੋੜ੍ਹਾ ਜਿਹਾ ਲਸਣ, ਅਦਰਕ। ਸਾਨੂੰ ਸਿਰਫ ਲਸਣ ਅਦਰਕ ਇੱਦਾਂ ਹੀ ਪੀਸ ਕੇ ਵਧੀਆ ਲੱਗਦਾ, ਇਸ ਕਰਕੇ ਆਪਾਂ ਇੱਦਾਂ ਕੀਤਾ, ਤੁਸੀਂ ਇਹਨੂੰ ਗ੍ਰੈਂਡ ਕਰਕੇ ਬਿਲਕੁਲ ਪਤਲਾ ਵੀ ਕਰ ਸਕਦੇ ਹੋ। ਅਤੇ ਆਹ ਥੋੜ੍ਹੇ ਪਿਆਜ਼ ਲਏ ਆ ਐਂਡ ਆਲੂ, ਟਮਾਟਰ, 3 ਹਰੀਆਂ ਮਿਰਚਾਂ, ਧਨੀਆ ਐਂਡ ਇਹ ਆਪਣੇ ਮਸਾਲੇ, ਆਪਾਂ ਕੁਛ ਵੀ ਇਹਦੇ 'ਚ ਐਕਸਟਰਾ ਮਸਾਲਾ ਨਹੀਂ ਪਾਇਆ, ਨਮਕ, ਮਿਰਚ, ਹਲਦੀ ਅਤੇ ਗਰਮ ਮਸਾਲਾ, ਹੋਰ ਕੁਛ ਨਹੀਂ। ਹੁਣ ਮੈਂ ਤੁਹਾਨੂੰ ਦਿਖਾਉਂਗੀ, ਫਸਟਲੀ ਮੈਂ ਗੋਭੀ ਫਰਾਈ ਕਰੂੰਗੀ, ਜਿਸਦਾ ਨਾਲ ਨਾਲ ਫਰਾਈ ਕਰੂੰਗੀ ਤੁਹਾਨੂੰ ਮੈਂ ਦਿਖਾਉਂਦੀ ਜਾਊਂਗੀ ਐਂਡ ਇਹਦੇ 'ਚ ਮੈਂ ਤੁਹਾਨੂੰ ਦੱਸ ਹੀ ਦਿੱਤਾ ਕਿ ਮੈਂ ਗਾਜਰਾਂ ਅਤੇ ਬੀਨਸ ਨੂੰ ਪਹਿਲਾਂ ਬੋਇਲ ਕਰੂੰਗੀ, ਬੋਇਲ ਕਰਕੇ ਉਸ ਤੋਂ ਬਾਅਦ ਇਹਨੂੰ ਸੁਕਾਉਂਗੀ। ਉਹ ਨਾਲ ਨਾਲ ਮੈਂ ਤੁਹਾਨੂੰ ਸਾਰਾ ਪ੍ਰੋਸੈਸ ਦੱਸ ਦੂੰਗੀ ਕਿ ਮਿਕਸ ਵੈਜ ਅਸੀਂ ਕਿੱਦਾਂ ਬਣਾਉਂਦੇ ਹਾਂ। ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਵੀ ਪਹਿਲਾਂ ਮੈਂ ਗੋਭੀ ਫਰਾਈ ਕਰੂੰਗੀ ਅਤੇ ਇੱਧਰ ਮੈਂ ਗੋਭੀ ਫਰਾਈ ਕਰਦੀ ਪਈ ਹਾਂ ਐਂਡ ਇੱਧਰ ਮੈਂ ਤੁਹਾਨੂੰ ਦੱਸਿਆ ਸੀ ਮੈਂ ਬੋਇਲ ਕਰੂੰਗੀ ਗਾਜਰਾਂ ਅਤੇ ਬੀਨਸ ਨੂੰ। ਗਾਜਰਾਂ ਅਤੇ ਬੀਨਸ ਉਹ ਬੋਇਲ ਹੋ ਰਹੀਆਂ, ਆਪਣਾ ਪੁੱਜ ਗਿਆ, ਆਇਲ ਦਿਖ ਰਿਹਾ ਤੁਹਾਨੂੰ। ਅਤੇ ਹੁਣ ਇਹਦੇ 'ਚ ਮੈਂ ਪਾਊਂਗੀ ਸਭ ਤੋਂ ਪਹਿਲਾਂ ਜੋ ਮੈਂ ਗਾਜਰਾਂ ਅਤੇ ਬੀਨਸ ਨੂੰ ਬੋਇਲ ਕੀਤਾ ਸੀ, ਤਾਂ ਕਿ ਜੋ ਨਮਕ ਮਿਰਚ ਆ ਉਹ ਇਹਦੇ ਅੰਦਰ ਚੰਗੀ ਤਰ੍ਹਾਂ ਐਡਜਸਟ ਹੋ ਜਾਵੇ। ਹੁਣ ਮੈਂ ਪਾਊਂਗੀ ਇਹਦੇ 'ਚ ਫਰਾਈ ਕੀਤੀਆਂ ਹੋਈਆਂ ਸਾਰੀਆਂ ਸਬਜ਼ੀਆਂ, ਗਾਜਰ, ਸ਼ਿਮਲਾ ਮਿਰਚ ਐਂਡ ਮਸ਼ਰੂਮ, ਪਿਆਜ਼, ਆਲੂ। ਲਓ ਜੀ, ਹੁਣ ਮਿਕਸ ਵੈਜ ਆਪਣੀ ਰੈਡੀ ਹੋ ਗਈ ਆ। ਮੈਂ ਸੋਚਿਆ ਥੋੜ੍ਹਾ ਜਿਹਾ ਆਪਾਂ ਸਜਾ ਦਈਏ, ਤਾਂ ਮੈਂ ਉੱਪਰ ਦੀ ਥੋੜ੍ਹਾ ਜਿਹਾ ਪਨੀਰ ਡੈਕੋਰੇਸ਼ਨ ਲਈ ਬਣਾਉਣਾ ਚਾਹੀਦਾ ਅਤੇ ਉੱਪਰ ਦੀ ਧਨੀਆ, ਕੋਰੀਐਂਡਰ, ਲਓ ਜੀ ਆਪਣੀ ਮਿਕਸ ਵੈਜ ਰੈਡੀ ਹੋ ਗਈ ਆ। ਸੋ ਸਾਰੇ ਜਾਣੇ ਦੱਸਿਓ ਕਿੱਦਾਂ ਦੀ ਬਣੀ ਮਿਕਸ ਵੈਜ? ਮੈਂ ਬਣਾਤੀ ਆ ਪਰ ਪਤਾ ਨਹੀਂ ਕਿੱਦਾਂ ਦੀ ਬਣੀ, ਬਾਕੀ ਦੇਖਦੇ ਆ ਸਾਰੇ ਜਾਣੇ ਖਾਣਗੇ ਤਾਂ ਕਿ। ਹੁਣ ਤੂੰ ਕੀ ਕਰਨ ਲੱਗੀ ਦੁਬਾਰਾ ਤੋਂ? ਦੁਬਾਰਾ ਤੋਂ ਫਿਰ ਇੱਕ ਵਾਰੀ ਚਾਹ ਬਣੇਗੀ, ਚਾਹ ਬਣੇਗੀ ਦੁਬਾਰਾ ਤੋਂ ਚਾਹ ਬਣੇਗੀ। ਬਿਕੋਜ਼ ਮੈਂ ਤੁਹਾਨੂੰ ਦੱਸਿਆ ਸੀ ਕਿ ਅਸੀਂ ਬਹੁਤ ਜ਼ਿਆਦਾ ਚਾਹ ਪੀਂਦੇ ਹਾਂ, ਇੰਨੀ ਚਾਹ ਪੀਂਦੇ ਹਾਂ ਨਾ ਕਿ ਸੌਣ ਤੋਂ ਪਹਿਲਾਂ ਵੀ ਸਾਨੂੰ ਇੱਕ ਵਾਰ ਚਾਹ ਚਾਹੀਦੀ ਹੈ, ਹੈ ਨਾ? ਯੈਸ। ਹੁਣ ਅਸੀਂ ਪਹਿਲਾਂ ਮਤਲਬ ਕਿ ਰੋਟੀ ਦੇ ਨਾ ਰੋਟੀ ਖਾਵਾਂ ਰੋਟੀ ਖਾਣ ਤੋਂ ਪਹਿਲਾਂ ਚਾਹ ਪੀਵਾਂਗੇ, ਜਦੋਂ ਸਾਨੂੰ ਫਿਰ ਲੱਗੇਗਾ ਕਿ ਹੁਣ ਭੁੱਖ ਲੱਗੀ ਆ, ਅਸੀਂ ਰੋਟੀ ਬਣਾ ਕੇ ਰੈਡੀ ਕਰਕੇ ਰੱਖ ਲੈਣੀ ਆ, ਪਰ ਫਸਟਲੀ ਚਾਹ ਪੀਣੀ ਹੈ, ਫਿਰ ਉਸ ਤੋਂ ਬਾਅਦ ਅਸੀਂ ਰੋਟੀ ਖਾਵਾਂਗੇ। ਜੀ ਹੁਣ ਮੈਂ ਨਹਾ ਲਈ ਹਾਂ ਅਤੇ ਹੋਪਸੋ ਤੁਹਾਨੂੰ ਸਾਡਾ ਬਲੌਗ ਵਧੀਆ ਲੱਗਿਆ ਹੋਊ। ਬਣਾਉਣ ਦੀ ਕੋਸ਼ਿਸ਼ ਕੀਤੀ ਹੈ, ਇੱਕ ਨਿੱਕੀ ਜਿਹੀ, ਹਜੇ ਬਣਾਉਣਾ ਨਹੀਂ ਆਉਂਦਾ, ਅਤੇ ਪਲੀਜ਼ ਸਾਰੇ ਜਾਣੇ ਆਪਣਾ ਪਿਆਰ ਦਿਓ ਅਤੇ ਹੋਰ ਵੀ ਇਸ ਤੋਂ ਵਧੀਆ ਵਧੀਆ ਬਲੌਗ ਬਣਾਉਣ ਦੀ ਕੋਸ਼ਿਸ਼ ਕਰਾਂਗੇ, ਅਤੇ ਲਾਈਕ, ਸ਼ੇਅਰ, ਸਬਸਕ੍ਰਾਈਬ ਜ਼ਰੂਰ ਕਰਿਓ।